ਪਿੰਡ ਪਜੌੜਾ ਤੋਂ ਪਿੰਡ ਮਹਿਟੀਆਂ ਜਾਂਦੀ ਟੁੱਟੀ ਫੁੱਟੀ ਖਸਤਾ ਹਾਲਤ ਸੜਕ ਦੀ ਮੁਰੰਮਤ ਕਰਨ ਦੇ ਮੰਤਵ ਨਾਲ ਖੁਸ਼ਹਾਲੀ ਦੇ ਰਾਖੇ ਟੀਮ ਮਾਹਿਲਪੁਰ ਅਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸੰਸਥਾ ਜਨੋਹਾ ਵੱਲੋਂ ਸੜਕ ਵਿੱਚ ਪਏ ਟੋਇਆਂ ਨੂੰ ਪੂਰਨ ਲਈ ਰੋੜੇ ਅਤੇ ਪੱਥਰ ਪਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁੱਚਾ ਸਿੰਘ ਕੁੱਕੋਵਾਲ ਅਤੇ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਇਹ ਸੜਕ ਪਿਛਲੇ ਕਾਫੀ ਸਮੇਂ ਤੋਂ ਬਹੁਤ ਹੀ ਖਸਤਾ ਹਾਲਤ ਵਿੱਚ ਹੈ, ਜਿਸ ਵਿੱਚ ਥਾਂ ਥਾਂ 'ਤੇ ਟੋਏ ਪਏ ਹੋਏ ਹਨ ਅਤੇ ਇਹ ਸੜਕ ਦਾ ਕੋਈ ਵੀ ਬੇਲੀ ਬਾਰਸ ਨਹੀਂ ਹੈ ਕਿ ਇਹ ਸੜਕ ਫਗਵਾੜਾ, ਗੜਸ਼ੰਕਰ, ਚੱਬੇਵਾਲ ਅਤੇ ਆਦਮਪੁਰ ਵਰਗੇ 4 ਵਿਧਾਨ ਸਭਾ ਹਲਕਿਆਂ ਨੂੰ ਜੋੜਦੀ ਹੈ, ਪਰ ਕਿਸੇ ਵੀ ਨੇਤਾ ਨੇ ਇਸ ਦੀ ਮੁਰੰਮਤ ਕਰਵਾਉਣ ਦੀ ਕੋਈ ਯਤਨ ਨਹੀਂ ਕੀਤਾ। ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਅਨੰਦਪੁਰ ਸਾਹਿਬ, ਗੜਸ਼ੰਕਰ, ਕੋਟਫਤੂਈ, ਪਾਂਸਟਾ, ਮੇਟਿਆਣਾ, ਆਦਮਪੁਰ ਅਤੇ ਕਰਤਾਰਪੁਰ ਤੋਂ ਹੋ ਕੇ ਸੁਲਤਾਨਪੁਰ ਲੋਧੀ ਜਾਣ ਵਾਲੀਆਂ ਸੰਗਤਾਂ ਨੂੰ ਇਸ ਖਸਤਾ ਹਾਲਤ ਸੜਕ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸੜਕ ਵਿੱਚ ਪਏ ਵੱਡੇ ਵੱਡੇ ਟੋਇਆਂ ਵਿੱਚ ਮਿੱਟੀ ਅਤੇ ਪੱਥਰ ਪਾ ਕੇ ਪੂਰਨ ਦਾ ਕੰਮ ਕੀਤਾ ਜਾ ਰਿਹਾ। ਇਸ ਮੌਕੇ ਸੁੱਚਾ ਸਿੰਘ ਕੁੱਕੋਵਾਲ, ਜਸਦਾ ਹਰਵਿੰਦਰ ਸਿੰਘ ਖਾਲਸਾ ਜਨੋਹਾ, ਓਂਕਾਰ ਸਿੰਘ ਦਿਹਾਣਾ, ਤਰਸੇਮ ਸਿੰਘ ਡਾਂਡੀਆਂ, ਪਿਆਰਾ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ, ਜਸਵਿੰਦਰਪਾਲ ਸਿੰਘ, ਰਮਨਦੀਪ ਸਿੰਘ, ਕੁਲਦੀਪ ਸਿੰਘ, ਘੁੰਮਣ, ਸਰਵਣ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਸੁੱਚਾ ਸਿੰਘ, ਪਿੰਡ ਕੁੱਕੋਵਾਲ, ਜੀਓ ਜੀ, ਸਾਡੀ ਜੀਓ ਜੀ ਟੀਮ ਜਿਹੜੀ ਹੈਗੀ ਆ ਮਾਲਪੁਰ ਦੀ, ਅਤੇ ਸਾਰੀ ਟੀਮ ਨੇ ਮਿਲ ਕੇ ਉਪਰਾਲਾ ਕੀਤਾ ਕਿ ਸੜਕ ਦੀ ਹਾਲਤ ਬਹੁਤ ਮਾੜੀ ਹੈ। 3-3, 4-4 ਫੁੱਟ ਖੱਡੇ ਪਏ ਹੋਏ ਹਨ ਅਤੇ ਜੋ ਜੇ ਪਜੌੜਾ ਤੋਂ ਲੈ ਕੇ ਮੇਟੀਆਣੇ ਤੱਕ ਅਸੀਂ ਸੜਕ ਦੇ ਰੋੜੇ ਔਰ ਮਿੱਟੀ ਪਾ ਕੇ ਸੰਗਤ ਦੇ ਲਈ ਸੁਵਿਧਾ ਲਈ ਕਰ ਰਹੇ ਹਾਂ, ਅਤੇ ਇਹ ਉਸ ਮਾਲ ਪੁਰਖ ਨੇ ਬਲ ਵਰਤਿਆ ਜਿਸ ਕਰਕੇ ਅਸੀਂ ਇਹ ਸੜਕ ਦੇ ਟੋਏ ਕੇ ਜਾਣ ਦੇ ਲਈ ਕਰ ਰਹੇ, ਕਿਉਂਕਿ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਮੁੱਖ ਰੱਖਦੇ ਹੋਏ ਬਿਸ ਦੁਆਬਾ ਨਾਲ ਲੱਗਦੀ ਨਹਿਰ 'ਤੇ, ਜੋ ਕਿ ਗੜਸ਼ੰਕਰ ਤੋਂ ਆਦਮਪੁਰ ਤੱਕ ਨਹਿਰ ਜਾਂਦੀ ਹੈ ਸੜਕ, ਇਸਦੀ ਹਾਲਤ ਬਹੁਤ ਖਾਸਾ ਹੋ ਚੁੱਕੀ ਹੈ ਅਤੇ ਪਿੰਡ ਅਜਨੋਹੇ ਤੋਂ ਲੈ ਕੇ ਪਜੌੜਾ ਤੋਂ ਲੈ ਕੇ ਮੇੜਿਆਣੇ ਤੱਕ ਐਕਸਰਵਿਸਮੈਨ ਹੋਰ ਇਲਾਕੇ ਸੰਗਤਾਂ ਮਿਲ ਕੇ ਅਤੇ ਜੀਓ ਜੀ ਦੇ ਜਿਹੜੇ ਹੈਗੇ ਨੇ ਆਪਣੇ ਜਿੰਨੇ ਇੰਚਾਰਜ ਨੇ ਉਹ ਸਾਰੇ ਮਿਲ ਕੇ ਸੜਕ 'ਤੇ ਕੇਰੀ ਪਲੱਸ ਰੋੜੇ ਭੱਠੀ ਤੋਂ ਲਿਆ ਕੇ ਪਾ ਰਹੇ ਨੇ। ਮੈਂ ਦੱਸਣਾ ਚਾਹੁੰਦਾ ਇਹ ਸੜਕ ਗੜਸ਼ੰਕਰ ਤੋਂ ਲੈ ਕੇ ਆਦਮਪੁਰ ਤੱਕ ਇਹਨੂੰ 3 ਹਲਕੇ ਪੈਂਦੇ ਨੇ ਜੀ। ਗੜਸ਼ੰਕਰ ਤੋਂ ਲੈ ਕੇ ਕੋਟ ਤੱਕ ਤਕਰੀਬਨ 25 ਕਿਲੋਮੀਟਰ ਹਲਕਾ ਗੜਸ਼ੰਕਰ ਪੈ ਜਾਂਦਾ ਅਤੇ ਕੋਟ ਤੋਂ ਲੈ ਕੇ ਮੇਟੀਆਂ ਤੱਕ ਹਲਕਾ ਚੱਬੇਵਾਲ ਪੈ ਜਾਂਦਾ। ਇਹ ਹੈਗੀ ਕੋਟ ਤੋਂ ਮੇਟੀਆਂ ਤੱਕ ਪੈ ਜਾਂਦੀ ਆ 27 ਕਿਲੋਮੀਟਰ। ਇਸੇ ਤਰ੍ਹਾਂ ਗਾਹਾਂ ਮੇਟੀਆਂ ਤੋਂ ਲੈ ਕੇ ਆਦਮਪੁਰ ਤੱਕ 25 ਕਿਲੋਮੀਟਰ ਏਰੀਆ ਪੈਂਦਾ, ਉਹ ਆਦਮਪੁਰ ਹਲਕਾ ਪੈ ਜਾਂਦਾ। ਪਹਿਲਾਂ ਇਹ ਸੜਕ 2015 ਜੂਨ 'ਚ ਬਣਨੀ ਸ਼ੁਰੂ ਹੋਈ ਸੀ ਜੀ, ਜੋ ਕਿ 6 ਮਹੀਨੇ ਲਗਾਤਾਰ ਲੋਕਾਂ ਨੂੰ ਉਹ ਤੰਗ ਪਰੇਸ਼ਾਨ ਕੀਤਾ ਨਹੀਂ, ਅਤੇ ਸੜਕ ਬਣ ਤੋਂ ਬਾਅਦ ਅੱਜ 2019 ਚੱਲਣ ਡਿਆ ਅਤੇ ਇਸ ਸੜਕ 'ਤੇ ਤਕਰੀਬਨ 4 ਵਾਰ ਪੈਚ ਲੱਗ ਚੁੱਕੇ ਨੇ। ਇਹ ਬੇਈਮਾਨ ਠੱਗ ਲੀਡਰ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਇਹਨਾਂ ਨੂੰ ਇੰਨੀ 4 ਪੈਚ ਵੀ ਲਾਏ ਆ ਅਤੇ ਪੈਚ ਵੀ ਇੰਨੀ ਬੇਈਮਾਨੀ ਲਾਏ ਪੈਚ, ਕਮ ਸੇ ਪੈਚ ਤਾਂ ਮਾਂ ਤੇਰੇ ਲਾ ਦਿੰਦੇ ਕਮ ਸੇ ਕਮ। ਅਤੇ ਹੁਣ ਇਹ ਸੰਗਤਾਂ ਮਿਲ ਕੇ ਇਹਨੂੰ ਸੜਕ ਨੂੰ ਤਿਆਰ ਕਰ ਰਹੀਆਂ, ਥੋੜ੍ਹੇ ਬਹੁਤ ਜੋ ਵੀ, ਤਾਂ ਜੋ ਇਹ ਰੂਟ ਜਿਹੜਾ ਇਸ ਇਲਾਕੇ ਨੂੰ ਅਨੰਦਪੁਰ ਸਾਹਿਬ, ਰੋਪੜ, ਸਾਰੇ ਇਲਾਕੇ ਨੂੰ ਇਹ ਰੂਟ ਪੈਂਦਾ ਸੁਲਤਾਨਪੁਰ ਲੋਧੀ ਜਾਣ ਵਾਸਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।